ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਸੀਐਮ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, ਫੋਰਟਿਸ ਹਸਪਤਾਲ ਨੇ ਸਾਂਝੀ ਕੀਤੀ ਜਾਣਕਾਰੀ। ਸੀਐਮ ਦੇ ਦਿਲ ਨਾਲ ਸੰਬੰਧਿਤ ਕੀਤੇ ਗਏ ਟੈਸਟ। ਚੰਦੂਮਾਜਰਾ ਦੀ ਜੰਮੂ ਫੇਰੀ ਨੂੰ ਲੈ ਕੇ ਵਿਵਾਦ, ਅਕਾਲੀ ਦਲ ਨੇ ਚੰਦੂਮਾਜਰਾ ਤੇ ਬੀਜੇਪੀ ਲਈ ਪ੍ਰਚਾਰ ਕਰਨ ਦੇ ਲਾਇਆ ਇਲਜ਼ਾਮ। ਚੰਦੂਮਾਜਰਾ ਨੇ ਇਲਜ਼ਾਮਾਂ ਦਾ ਕੀਤਾ ਖੰਡਨ। ਦਿੱਲੀ ਚ ਇੱਕੋ ਪਰਿਵਾਰ ਦੇ 5 ਜੀਆਂ ਨੇ ਕੀਤੀ ਖੁਦਕੁਸ਼ੀ, ਪਿਤਾ ਨੇ 4 ਬੱਚੀਆਂ ਸਣੇ ਖਾਇਆ ਜ਼ਹਿਰ, 4ੋਂ ਬੱਚੀਆਂ ਤੁਰਨ ਫਿਰਨ ਤੋਂ ਸੀ ਅਸਮਰਥ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਫਿਲਹਾਲ ਪੂਰੀ ਤਰ੍ਹਾਂ ਸਥਿਰ ਹੈ। ਇਸ ਸੰਬੰਧੀ ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾਕਟਰ ਆਰ ਕੇ ਜਸਵਾਲ ਨੇ ਦੱਸਿਆ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਨੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਲਮਨਰੀ ਆਰਟਰੀ 'ਚ ਦਬਾਅ ਵਧਣ ਕਾਰਨ ਉਹਨਾਂ ਦੇ ਦਿਲ 'ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਦਿਲ ਦੇ ਟੈਸਟਾਂ ਦੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ। ਦੱਸ ਦਈਏ ਕਿ ਸਿਹਤ ਵਿੱਚ ਪਰੇਸ਼ਾਨੀ ਹੋਣ ਦੇ ਚੱਲਦੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਲਾਜ ਦੇ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਿਆਂਦਾ ਗਿਆ ਸੀ। ਉਦੋਂ ਤੋਂ ਲੈ ਕੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ। ਅਕਾਲੀ ਦਲ ਤੋਂ ਬਾਗੀ ਹੋਏ ਪ੍ਰੋਫੈਸਰ ਪ੍ਰੇਮ ਸਿੰਘ, ਚੰਦੂਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ। ਅਕਾਲੀ ਦਲ ਨੇ ਫੋਟੋ ਸ਼ੇਅਰ ਕਰ ਚੰਦੂਮਾਜਰਾ ਤੇ ਬੀਜੇਪੀ ਲਈ ਪ੍ਰਚਾਰ ਕਰਨ ਦੇ ਇਲਜ਼ਾਮ ਲਾਏ ਨੇ। ਅਕਾਲੀ ਦਲ ਦਾ ਕਹਿਣਾ ਹੈ ਕਿ ਚੰਦੂਮਾਜਰਾ ਬੀਜੇਪੀ ਦਾ ਪ੍ਰਚਾਰਕ ਹੈ, ਜਿਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਮੈਂ ਭਾਜਪਾ ਲਈ ਕੋਈ ਚੋਣ ਪ੍ਰਚਾਰ ਨਹੀਂ ਕੀਤਾ, ਅਸਲ ਵਿੱਚ ਉਹ ਜੰਮੂ 'ਚ ਆਜ਼ਾਦ ਸਿੱਖ ਉਮੀਦਵਾਰ ਲਈ ਪ੍ਰਚਾਰ ਕਰਨ ਗਏ ਹੋਏ ਸੀ। ਜਿਸ ਸੰਬੰਧੀ ਚੰਦੂਮਾਜਰਾ ਵੱਲੋਂ ਫੋਨ 'ਤੇ ਸਾਡੇ ਪੱਤਰਕਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸੋ ਬਿਲਕੁਲ ਇਸ ਸਮੇਂ ਜੁੜ ਚੁੱਕੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਗਏ ਹੋਏ ਨੇ। ਅੱਜਕੱਲ੍ਹ ਜਿਹੜਾ ਲਗਾਤਾਰ ਸਵਾਲ ਚੁੱਕ ਰਿਹਾ, ਚੰਦੂਮਾਜਰ ਸਾਹਿਬ ਕੀ ਚਰਚਾਵਾਂ ਚੱਲ ਰਹੀਆਂ ਨੇ ਪਿੱਛੇ? ਜੰਮੂ ਕਸ਼ਮੀਰ ਮੈਂ ਗਿਆ ਹੋਇਆ ਨੀ, ਮੈਂ ਗਿਆ ਸੀ। ਅੱਛਾ ਜੀ। ਮੈਂ ਇੱਕ ਪ੍ਰਾਈਵੇਟ ਸਕੂਲ ਦੇ ਸਮਾਗਮ ਤੇ ਗਿਆ ਸੀ, ਬਰਨਾਲੇ ਦਾ ਦੋਸਤ ਆ ਜੀ, ਉਹਦੇ ਸਕੂਲ ਦੇ ਵਿੱਚ ਲੈ ਗਿਆ ਮੈਨੂੰ, ਤੇ ਉੱਥੇ ਘੰਟਾ ਡੇਢ ਘੰਟਾ ਕਿਸੇ ਚੋਣ ਰੈਲੀ ਥੋੜੋ ਮੈਂ ਆਇਆ ਸੀ। ਉੱਥੇ ਸਾਨੂੰ ਇੱਕ ਬਲਵਿੰਦਰ ਸਿੰਘ ਹੈਪੀ ਆ ਆਜ਼ਾਦ ਤੇ ਜਿੱਤਿਆ ਸੀ, ਇਸ ਵਾਰੀ ਵੀ ਉਹ ਆਜ਼ਾਦ ਖੜ ਗਿਆ ਸੀ। ਉਹ ਸਿੱਖ ਭਾਈਚਾਰਾ ਸਾਰਾ ਇਕੱਠਾ ਹੋ ਗਿਆ, ਕਿਉਂਕਿ ਕਾਂਗਰਸ ਦਾ ਉਮੀਦਵਾਰ ਆ ਜਿਹੜਾ ਉੱਥੇ, ਉਹਨੇ ਸਿੱਖ ਭਾਈਚਾਰੇ ਬਾਰੇ ਕੋਈ ਸ਼ਬਦ ਬੋਲਦੇ ਸੀ, ਸਾਰੇ ਸਿੱਖ ਇਕੱਠੇ ਹੋ ਗਏ, ਉਹਨੂੰ ਵੀ ਉਹਨਾਂ ਸਾਰਿਆਂ ਨੇ ਇਕੱਠੇ ਕਰਕੇ ਬਿਠਾ ਲਿਆ ਵੀ ਆਪਾਂ ਇੱਕ ਦੀ ਉਮਰ ਦੇ ਖੇਲੀਏ। ਉਹ ਮੈਨੂੰ ਦਫ਼ਤਰ ਲੈ ਗਿਆ ਆਪਦੇ, ਉਹਦਾ ਆਪਦਾ ਦਫ਼ਤਰ ਆ ਬਲਵਿੰਦਰ ਦਾ, ਉੱਥੇ ਪੋਸਟਰ ਲੱਗਿਆ ਪਿੱਛੇ ਸੀ, ਮੈਂ ਘਰ ਦੇਖਿਆ ਵੀ ਨਹੀਂ ਹੈ ਜਿੱਥੇ ਲੱਗਿਆ ਵਾ ਵੀ ਸੀ। ਹੁਣ ਉੱਥੇ ਸਾਰੇ ਕੰਧਾਂ ਦੇ ਪੋਸਟਰ ਲੱਗੀਆਂ ਕਿ ਝੰਡੇ ਲੱਗੇ ਆ, ਚੋਣ ਚੱਲ ਰਹੀ ਆ, ਉੱਥੇ ਦਫ਼ਤਰ ਬੈਠ ਕੇ ਪ੍ਰੈਸ ਵਾਲਿਆਂ ਨੇ 2 ਮਿੰਟ ਮੇਰੇ ਨਾਲ ਇੰਟਰਵਿਊ ਵੀ ਕੀਤੀ ਆ, ਓਵਰਆਲ ਗੱਲਾਂ ਬਾਰੇ ਕੀਤੀ ਆ। ਮੈਂ ਕਿਸੇ ਚੋਣ ਰੈਲੀ ਚ ਨਹੀਂ ਗਿਆ, ਕਹਿੰਦੇ ਜੀ ਸਤਾਰ ਪ੍ਰਚਾਰ ਗਏ, ਉਹਨੂੰ ਇਹ ਨੀ ਪਤਾ ਵੀ ਸਤਾਰ ਪ੍ਰਚਾਰ ਕੌਣ ਹੁੰਦਾ, ਸਿਰਫ ਜਿਵੇਂ ਖਾਂਦੇ ਦੀ ਦਾੜੀ ਹਿਲਦੀ ਆ ਉਹ ਗੱਲਾਂ ਕਰਦੇ ਆ, ਬਾਤ ਦਾ ਪਤੰਗ ਉਡਾਉਂਦੇ, ਹੁਣ ਕੋਈ ਕੰਮ ਨੀ ਇਹਨਾਂ ਨੂੰ, ਸਿੱਖ ਇਹਨਾਂ ਨੂੰ ਲਾਇਕ ਨੀ ਕਰਦੇ ਹੁਣ ਇਹਨਾਂ ਗੱਲਾਂ ਤੇ। ਹੁਣ ਜੇ ਸਿੱਖ ਭਾਈਚਾਰਾ ਇਕੱਠਾ ਹੋ ਗਿਆ ਸੀ, ਐਪਰੀਸ਼ੀਏਟ ਕਰਤਾ, ਤਾਂ ਇਹਦੇ ਗੁਨਾਹ ਕੀ ਆ?
ਬਿਲਕੁਲ ਬਿਲਕੁਲ ਮੈਂ ਇਹੀ ਕਿਹਾ ਵੀ ਜਿਹੜੇ ਕਾਂਗਰਸੀ ਉਮੀਦਵਾਰ ਨੇ ਜਿਹੜਾ ਇਹਨੇ ਮਾੜੇ ਸ਼ਬਦ ਬੋਲੇ ਆ, ਉਹਨਾਂ ਨੇ 1984 ਸਾਡਾ ਕਾਰਤਾ ਢਾਇਆ, ਕਤਲੇਆਮ ਕੀਤਾ ਸਿੱਖਾਂ ਦਾ, ਉਹ ਨੀ ਭੁੱਲ ਸਕਿਆ ਸੀ ਇਹ ਸ਼ਬਦ ਇਸ ਤਰ੍ਹਾਂ ਦੇ ਬਲਵਿੰਦਰ ਲੈ ਗਿਆ ਆਪਣੇ ਦਫਤਰ ਦੇ ਵਿੱਚ, ਜੋ ਸਿੱਖ ਭਾਈਚਾਰਾ ਜਰੂਰ ਇਕੱਠਾ ਹੋਇਆ ਕਾਂਗਰਸ ਉਮੀਦਵਾਰ ਦੇ ਵਿਰੋਧ ਦੇ ਵਿੱਚ, ਉੱਥੇ ਮੈਂ ਜਰੂਰ ਇਹ ਗੱਲ ਕਹੀ ਆ ਵੀ ਜਿਹੜਾ ਕਾਂਗਰਸ ਨੇ ਕਤਲੇਆਮ ਕੀਤਾ ਕਾਰਤਾ ਢਾਇਆ, ਕਾਂਗਰਸ ਦੇ ਇਸ ਗੁਨਾਹ ਨੂੰ ਕਦੇ ਮਾਫ਼ ਨੀ ਕਰ ਸਕਦੇ, ਜੇ ਉਹਦੇ ਉਮੀਦਵਾਰ ਨੇ ਕੋਈ ਮਾੜੇ ਸ਼ਬਦ ਬੋਲਿਆ ਉਹਦੇ ਕਰਕੇ ਸਿੱਖ ਭਾਈਚਾਰਾ ਇਕੱਠਾ ਹੋਇਆ ਤਾਂ ਚੰਗੀ ਗੱਲ ਆ, ਹੁਣ ਅਸੀਂ ਮਾੜਾ ਗੱਲ ਥੋੜੋ ਕਹਿ ਸਕਦੇ ਸਿੱਖ ਬਿਲਕੁਲ ਤਾਂ ਮਾੜੀ ਗੱਲ ਹੋਈ ਆ। ਚੰਦੂਮਾਰ ਸਾਹਿਬ, ਤੁਹਾਡੇ ਜਿਹੜੇ ਸਾਥੀ ਨੇ, ਤੁਹਾਡੇ ਵਿਰੋਧੀ ਨੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ, ਉਹ ਕਹਿੰਦੇ ਸੀ ਤਾਂ ਪਹਿਲਾਂ ਹੀ ਕਹਿ ਰਹੇ ਸੀ ਵੀ ਜਿਹੜਾ ਇਹ ਬੀਜੇਪੀ ਦੇ ਏਜੰਟ ਨੇ, ਤੁਸੀਂ ਜਿਹੜਾ ਤਸਵੀਰ ਦੇਖ ਰਹੇ ਹੋ ਇਹ ਸਦਾ ਕਲੀਅਰ ਹੀ ਹੋ ਗਿਆ, ਕਹਿੰਦਾ ਹੁਣ ਤਾਂ ਉਹ ਤੋਂ ਚਲੋ ਜਿਹੜੇ ਹਨ ਜਿਵੇਂ ਖਾਂਦੇ ਦਾੜੀ ਹਿਲਦੇ ਹਨ, ਹੋਰ ਕੋਈ ਗੱਲ ਨੀ ਮਿਲਦੀ, ਏਜੰਟੀਆਂ ਇਹ ਜਿਹੜੀਆਂ ਏਜੰਟੀਆਂ ਕਰਦੇ ਰਹੇ ਬੀਜੇਪੀ ਦੀਆਂ, ਉਹ ਆਪਣੀਆਂ ਭੁੱਲ ਗਏ ਹੁਣ ਆਪਣੇ ਗੁਨਾਹ ਤੇ ਪਰਦਾ ਪਾਉਣ ਦੇ ਇਸ ਕਿਸਮ ਦੀਆਂ ਗੱਲਾਂ ਲੱਭਦੇ ਰਹਿੰਦੇ ਆ, ਹੋਰ ਕੋਈ ਇਹਨਾਂ ਨੂੰ ਗੱਲ ਨੀ ਮਿਲਦੀ। ਲਾਸਟ ਸਵਾਲ ਆ, ਜਿਹੜਾ ਤੁਹਾਡੇ ਪਿੱਛੇ ਇੱਕ ਸ਼ਖਸ ਖੜਾ ਨਾ, ਜਿਹੜਾ ਲੜਕਾ ਪਿੱਛੇ ਖੜਾ, ਉਹਨੇ ਬੀਜੇਪੀ ਦਾ ਜਿਹੜਾ ਨਾ ਪੱਲਾ ਗੱਲ ਦੇ ਵਿੱਚ ਪਾਇਆ ਹੋਇਆ, ਕਿ ਉਹ ਵੀ ਸ਼ਖਸ ਤੁਹਾਡੇ ਨਾਲ ਸੀ ਜਾਂ ਕੌਣ ਸੀ ਉਹ ਪਿੱਛੇ ਤੁਹਾਡੇ ਪਿੱਛੇ ਖੜਾ? ਯਾਰ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਉੱਥੇ ਚੋਣ ਪ੍ਰਚਾਰ ਚੱਲ ਰਿਹਾ ਸਾਰੇ, ਕੋਈ ਕਿਸੇ ਦਾ ਝੰਡਾ ਨਹੀਂ ਫਿਰਦਾ, ਕਿਸੇ ਦਾ ਬੈਨਰ ਨਹੀਂ ਫਿਰਦਾ, ਤੇ ਉਹ ਮੈਨੂੰ ਤਾਂ ਚਾਹ ਪਿਲਾਉਣ ਲੈ ਗਿਆ ਉੱਥੇ ਕੋਈ ਚੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਵਿਦਿਆਰਥੀਆਂ ਨਾਲ ਫੋਨ ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਤਰ੍ਹਾਂ ਨਾਲ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਨੇ ਤੇ ਉਹਨਾਂ ਨੂੰ ਕਿਸੇ ਕਾਰਨ ਵੀ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਅਥਾਰਟੀ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਵਿਦਿਆਰਥੀਆਂ ਨੂੰ ਹਰ ਹਾਲ 'ਚ ਇਨਸਾਫ਼ ਦਵਾਇਆ ਜਾਏਗਾ। ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਹਨਾਂ ਦੇ ਨਾਲ ਖੜੀ। ਕਹਿੰਦੇ ਨੇ ਕਿ ਮਜਬੂਰੀ ਇਨਸਾਨ ਤੋਂ ਉਹ ਕੁਝ ਵੀ ਕਰਾਉਂਦੀ ਹੈ ਜਿਸ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ, ਤੇ ਜ਼ਿੰਦਗੀ ਤੋਂ ਥੱਕਿਆ ਹਾਰਿਆ ਇਨਸਾਨ ਆਖਿਰ ਮੌਤ ਨੂੰ ਗੱਲ ਲਾ ਲੈਂਦਾ। ਕੁਝ ਅਜਿਹੀ ਘਟਨਾ ਸਾਹਮਣੇ ਆਈ ਹੈ ਦਿੱਲੀ ਦੇ ਵਸੰਤ ਕੁੰਜ ਇਲਾਕੇ ਤੋਂ, ਜਿੱਥੇ ਇੱਕ ਪਿਤਾ ਨੇ ਆਪਣੀਆਂ 4 ਬੱਚੀਆਂ ਸਣੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਹੈ ਕਿ 4 ਬੱਚੀਆਂ ਦਿਵਿਆਂਗ ਸਨ, ਜਿਨ੍ਹਾਂ ਦੇ ਪਿਤਾ ਨੇ 4 ਬੱਚੀਆਂ ਨਾਲ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਇਹ ਵੀ ਪਤਾ ਲੱਗਿਆ ਕਿ 4 ਕੁੜੀਆਂ ਤੁਰਨ ਫਿਰਨ ਤੋਂ ਅਸਮਰਥ ਸਨ। ਉਕਤ ਬੱਚਿਆਂ ਦਾ ਪਿਤਾ ਪੇਸ਼ੇ ਵਜੋਂ ਕਾਰਪੈਂਟਰ ਸੀ। ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਬਹੁਤ ਔਖੀ ਮਿਲਦੀ ਸੀ। ਅਧਿਕਾਰੀਆਂ ਮੁਤਾਬਿਕ ਫਲੈਟ 'ਚ ਕੁਝ ਸ਼ੱਕੀ ਹੋਣ ਦੀ ਸੂਚਨਾ ਮਿਲੀ ਸੀ ਤੇ ਜਦੋਂ ਪੁਲਿਸ ਪਹੁੰਚੀ ਤਾਂ ਉਹਨਾਂ ਨੂੰ ਫਲੈਟ ਦਾ ਦਰਵਾਜ਼ਾ ਤੋੜਨਾ ਪਿਆ। ਆਦਮੀ ਦੀ ਲਾਸ਼ ਇੱਕ ਕਮਰੇ 'ਚ ਬੈਠਦੀ ਪਈ ਸੀ ਤੇ ਕੁੜੀਆਂ ਦੀ ਲਾਸ਼ ਦੂਜੇ ਕਮਰੇ 'ਚ ਪਈ ਹੋਈ ਸੀ। ਯੂਪੀ ਦੇ ਹਾਥਰਸ 'ਚ ਅੰਧ ਵਿਸ਼ਵਾਸ ਕਾਰਨ ਬੱਚੇ ਦਾ ਕਤਲ ਕੀਤੇ ਜਾਣ ਦੀ ਖਬਰ ਹੈ।
ਸਕੂਲ ਦੀ ਤਰੱਕੀ ਲਈ ਬੱਚੇ ਦੀ ਬਲੀ ਦਿੱਤੀ ਗਈ। ਪੁਲਿਸ ਨੇ ਸਕੂਲ ਕੈਂਪਸ ਵਿੱਚੋਂ ਪੂਜਾ ਪਾਠ ਤੇ ਤੰਤਰ ਮੰਤਰ ਨਾਲ ਸੰਬੰਧਿਤ ਵਸਤਾਂ ਬਰਾਮਦ ਕੀਤੀਆਂ ਨੇ। ਪੁਲਿਸ ਮੁਤਾਬਿਕ ਬੱਚੇ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ। ਸਕੂਲ ਦੀ ਤਰੱਕੀ ਸੰਬੰਧੀ ਤੰਤਰ ਮੰਤਰ ਤੇ ਅੰਧ ਵਿਸ਼ਵਾਸ ਦੀ ਪੂਰੀ ਖੇਡ ਰਚੀ ਗਈ। ਸਕੂਲ ਸੰਚਾਲਕ ਦਾ ਪਿਤਾ ਵੀ ਤੰਤਰ ਮੰਤਰ ਦੇ ਇਸ ਖੇਡ ਦੇ ਵਿੱਚ ਜੁੜਿਆ ਹੋਇਆ ਸੀ। ਇਸ ਤੋਂ ਪਹਿਲਾਂ ਸਕੂਲ ਵਿੱਚ ਇੱਕ ਬੱਚੇ ਦੀ ਬਲੀ ਦਾ ਪਲਾਨ ਸੀ। ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਹਿਲਾਂ ਉਹ ਬੱਚਾ ਸ਼ੋਰ ਮਚਾਉਣ ਤੋਂ ਬਾਅਦ ਬਚ ਗਿਆ ਸੀ, ਹੁਣ ਉਹਨਾਂ ਨੇ ਇੱਕ ਬੱਚੇ ਨੂੰ ਮਾਰ ਦਿੱਤਾ ਤੇ ਉਸਦੀ ਬਲੀ ਚੜਾ ਦਿੱਤੀ ਹੈ। ਬੱਚੇ ਦੀ ਲਾਸ਼ ਸਕੂਲ ਦੇ ਡਾਇਰੈਕਟਰ ਦੀ ਗੱਡੀ ਵਿੱਚੋਂ ਮਿਲੀ ਹੈ। ਇਹ ਵੀ ਪਤਾ ਲੱਗਿਆ ਕਿ ਸਕੂਲ ਸਿਰ ਕਾਫੀ ਕਰਜ਼ਾ ਸੀ, ਇਸ ਨੂੰ ਉਤਾਰਨ ਲਈ ਬੱਚੇ ਦੀ ਬਲੀ ਦੇਣ ਦੀ ਯੋਜਨਾ ਘੜੀ ਗਈ ਸੀ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ, ਪਰ ਕੁਝ ਅਜਿਹੇ ਪਿੰਡ ਵੀ ਸਾਹਮਣੇ ਆਏ ਨੇ ਜਿੱਥੇ ਫਿਲਹਾਲ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਫਾਜ਼ਿਲਕਾ ਹਲਕੇ ਨਾਲ ਸੰਬੰਧਿਤ ਜਲਾਲਾਬਾਦ ਬਲਾਕ ਅਧੀਨ ਪੈਂਦੇ ਪਿੰਡ ਲਾਦੂਕਾ ਤੇ ਅੱਛਾ ਟਿੱਕੀ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ। ਇਹਨਾਂ ਪਿੰਡਾਂ ਦੇ ਵਿੱਚ ਵਾਰਡਬੰਦੀ ਨਾ ਹੋਣ ਕਾਰਨ ਇਸ ਵਾਰ ਇੱਥੇ ਪੰਚਾਇਤੀ ਚੋਣ ਨਹੀਂ ਹੋਵੇਗੀ। ਇਸ ਖਿਲਾਫ਼ ਪਿੰਡ ਵਾਸੀ ਆਪਣੀ ਫਰਿਆਦ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਕੋਲ ਪਹੁੰਚੇ ਤੇ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਦੀ ਪੂਰੀ ਤਿਆਰੀ ਕਰ ਲਈ ਗਈ ਸੀ, ਪਰ ਐਨ ਮੌਕੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡਾਂ 'ਚ ਇਸ ਵਾਰ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਲਾਦੂਕਾ ਪਿੰਡ ਦੇ ਵਾਸੀ ਰਾਜ ਤਿਲਕ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡ ਦੀ ਚੋਣ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਇਸ ਲਈ ਉਹ ਆਪਣੀ ਫਰਿਆਦ ਲੈ ਕੇ ਹਲਕਾ ਵਿਧਾਇਕ ਕੋਲ ਆਏ ਨੇ। ਉਹਨਾਂ ਦੱਸਿਆ ਕਿ ਲਾਦੂਕਾ ਪਿੰਡ ਦੇ ਵਿੱਚ ਇੱਕ ਨਵਾਂ ਪਿੰਡ ਅੱਛਾ ਡਿੱਕੀ ਬਣਾਉਣਾ ਸੀ। 2018 ਵਿੱਚ ਅਦਾਲਤ ਰਾਹੀਂ ਪਿੰਡ ਦੀ ਵੰਡ ਹੋਈ। 5-6 ਸਾਲ ਬੀਤ ਜਾਣ ਦੇ ਬਾਵਜੂਦ ਦੋਹਾਂ ਪਿੰਡਾਂ ਦੀ ਵਾਰਡਬੰਦੀ ਨਹੀਂ ਹੋਈ ਤੇ ਇਸ ਕਾਰਨ ਚੋਣ ਰੱਦ ਕੀਤੀ ਜਾ ਰਹੀ। ਉਹਨਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਨਲਾਇਕੀ ਦੱਸਿਆ। ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਨੇ, ਲੇਕਿਨ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾ ਮਿਲਣ ਤੇ ਕਿਸਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਦਰਅਸਲ ਪਿਛਲੇ ਦਿਨੀ ਕਿਸਾਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਮੰਡੀਆਂ ਵਿੱਚ ਫਸਲ ਦਾ ਮੁੱਲ ਸਹੀ ਨਾ ਮਿਲਿਆ ਤਾਂ ਉਹ ਪ੍ਰਦਰਸ਼ਨ ਕਰਨਗੇ, ਜਿਸ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਪਹੁੰਚ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਜੇਕਰ 3200 ਤੋਂ ਘੱਟ ਬਾਸਮਤੀ ਦਾ ਰੇਟ ਕਿਸਾਨਾਂ ਨੂੰ ਮਿਲੇਗਾ ਤਾਂ ਸਰਕਾਰ ਕਿਸਾਨ ਦਾ ਘਾਟਾ ਖੁਦ ਪੂਰਾ ਕਰੇਗੀ, ਲੇਕਿਨ ਸਰਕਾਰ ਵੱਲੋਂ ਇਸ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਦਿਖਾਈ। ਤਾਂ ਤੁਸੀਂ ਦੇਖ ਲਓ, ਇੱਕ ਏਕੜ ਦਾ 20 ਤੋਂ 25,000 ਰੁਪਈਆ ਪਰ ਏਕੜ ਘਾਟਾ ਪੈ ਰਿਹਾ ਹੈਗਾ, ਤੇ ਜੇ ਇੰਨਾ ਘਾਟਾ ਪਿਆ ਵਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਵਾ? ਇਹ ਤਾਂ ਸਾਨੂੰ ਜਵਾਬ ਦੇਣ। ਦੂਜਾ ਗੱਲ ਹੈ ਵੀ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਸੀ, ਪੰਜਾਬ ਸਰਕਾਰ ਵੀ ਮਾਰ ਰਹੀ ਆ ਵੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ, ਬਾਸਮਤੀ ਦਾ ਜਿਹੜਾ ਵਾ ਉਹ ਪਾਣੀ ਘੱਟ ਪੀਂਦੀ ਆ, ਇਹਨੂੰ ਹਲਾਰਾ ਦੇਣਾ। ਜੇ 3200 ਤੋਂ ਰੇਟ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ, ਪਰ ਪੰਜਾਬ ਸਰਕਾਰ ਨਜ਼ਰ ਨਹੀਂ ਆਉਂਦੀ। ਪਿਛਲੇ ਸਾਲ 3500-4000 ਕੇਂਦਰ ਦੀ ਨੀਅਤ ਤੇ ਨੀਤ ਖੋਟੀ ਆ, ਉਹ ਸਾਨੂੰ ਮਾਰਨ ਨੂੰ ਪਹਿਲੋਂ ਤਿਆਰੀ 'ਚ ਆ। ਉਹਨੇ ਪਹਿਲੋਂ ਐਕਸਪੋਰਟ ਡਿਊਟੀ ਲਾ ਦਿੱਤੀ, ਜਿੰਨੇ ਵੀ ਟੈਂਡਰ ਸੀਗੇ ਸਾਰੇ ਪਾਕਿਸਤਾਨ ਦੀ ਬਾਸਮਤੀ ਨੂੰ ਮਿਲ ਗਏ, ਹੁਣ ਐਕਸਪੋਰਟ ਡਿਊਟੀ ਚੁੱਕ ਲਈ ਹੈਗੀ। ਦੂਜਾ, ਵਿਰੋਧੀ ਧਿਰ ਕੋਈ ਨਹੀਂ ਬੋਲ ਰਿਹਾ, ਕੱਲ੍ਹ ਮਾਝੇ ਦਾ ਇੱਕ ਲੀਡਰ PC ਕਰ ਰਿਹਾ ਸੀ, ਉਹਨੂੰ ਕਿਤੇ ਨਹੀਂ ਪਤਾ ਲੱਗਾ ਵੀ ਕਿਸਾਨ ਦਾ ਪੁੱਤ ਹੈ ਵੀ ਕਿਸਾਨ ਮੰਡੀਆਂ 'ਚ ਰੋਲ ਰਹੇ। ਕਾਂਗਰਸ ਨਹੀਂ ਬੋਲ ਰਹੀ ਹੈਗੀ, ਤਾਂ ਇਹਦਾ ਮਤਲਬ ਕਿਤੇ ਰਲ ਕੇ ਤਾਂ ਨਹੀਂ ਸਾਰੇ ਖੇਡ ਰਹੇ ਹੈਗੇ ਸਿਆਸਤ? ਤਾਂ ਇਸ ਕਰਕੇ ਅਸੀਂ DC ਕੰਪਲੈਕਸ ਗਾੜੀ ਵੀ ਝੋਨਾ ਸੁੱਟਿਆ ਤੇ ਗਾਂ ਹੁਣ ਸੜਕਾਂ ਤੇ ਵੀ ਸੁੱਟਾਂਗੇ, ਔਰ ਪ੍ਰਦਰਸ਼ਨ ਕਰ ਰਹੇ ਵੀ ਸਾਡੀ ਆਵਾਜ਼ ਸੁਣੀ ਜਾਵੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਪੜਿੰਗ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੋਣ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਚੋਣਾਂ ਵਿੱਚ ਧਾਂਦਲੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਏਗੀ। ਨਾਲ ਹੀ ਉਹਨਾਂ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਬੀਜੇਪੀ ਤੇ ਨਿਸ਼ਾਨੇ ਵੀ ਸਾਧੇ। ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛੁਕ ਵੀ ਹਾਂ ਜਾਂ ਨਹੀਂ ਹੈ। ਸੋ ਅਸਤੀਫਾ ਦੇਣਾ ਉਹਨਾਂ ਦੀ ਆਪਦੀ ਮਰਜ਼ੀ ਹੈ। ਅਕਸਰ ਹੀ ਆਦਰਨੀਆ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਬਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ। ਪਹਿਲਾਂ ਜਦੋਂ ਕਾਂਗਰਸ ਪਾਰਟੀ ਬਿਪਤਾ ਚ ਸੀ ਤਦ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਅਹੁਦਾ ਬਹੁਤ ਵੱਡਾ ਅਹੁਦਾ ਦਿੱਤਾ। ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ, ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ ਬੜਾ ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਪਦਾ ਕੈਡਰ ਮਾਰਤਾ ਇਸ ਗੱਲ ਦੇ ਕਿ ਇੱਕ ਕਾਂਗਰਸ ਚੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਵਾ ਸਕੇ। ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ। ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ। ਸੋਨੀਪਤ ਦੇ ਰਿਦਾਓ ਪਿੰਡ ਵਿੱਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਦੀ ਖਬਰ ਹੈ। ਇਸ ਹਾਦਸੇ ਦੇ ਵਿੱਚ ਕਈ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ 3 ਦੀ ਮੌਤ ਹੋਈ ਹੈ ਤੇ ਕਈ ਜ਼ਖਮੀ ਨੇ। ਹਾਲਾਂਕਿ 5 ਲੋਕਾਂ ਨੂੰ ਐਂਬੂਲੈਂਸ ਵਿੱਚ PGI ਰੋਹਤਕ ਭੇਜ ਦਿੱਤਾ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ। ਪਟਾਕੇ ਬਣਾਉਣ ਦੀ ਇਹ ਫੈਕਟਰੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਧਮਾਕਾ ਸਵੇਰ ਵੇਲੇ ਹੋਇਆ। ਧਮਾਕੇ ਦਾ ਕਾਰਨ ਗੈਸ ਸਿਲੰਡਰ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਫੈਕਟਰੀ ਕਿੰਨੇ ਸਮੇਂ ਤੋਂ ਚੱਲ ਰਹੀ ਸੀ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਧਮਾਕਾ ਹੋਇਆ ਤਾਂ ਪਤਾ ਲੱਗਿਆ ਕਿ ਪਿੰਡ ਵਾਲਿਆਂ ਦੀ ਇਹ ਫੈਕਟਰੀ ਹੈ। ਨੇਪਾਲ ਦੇ ਤਰਾਈ ਖੇਤਰਾਂ 'ਚ ਪਿਛਲੇ 48 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਬਿਹਾਰ 'ਚ ਹੜ੍ਹ ਦਾ ਖਤਰਾ ਵੱਧ ਗਿਆ। ਪੂਰਵ ਅਨੁਮਾਨ ਅਨੁਸਾਰ ਅੱਜ ਦੁਪਹਿਰ 12 ਵਜੇ ਤੱਕ ਕੋਸੀ ਬੈਰਾਜ ਤੋਂ 6.81 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਦੋਂ ਕਿ ਵਾਲਮੀਕਿ ਨਗਰ ਬੈਰਾਜ ਤੋਂ 6 ਲੱਖ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਇਸ ਸੰਬੰਧੀ ਜਲ ਸਰੋਤ ਵਿਭਾਗ ਨੇ ਸਮੂਹ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਵਿਭਾਗ ਅਧੀਨ ਆਉਂਦੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ। ਜਲ ਸਰੋਤ ਵਿਭਾਗ ਦੇ ਫਲੱਡ ਮੈਨੇਜਮੈਂਟ ਇੰਪਰੂਵਮੈਂਟ ਸਪੋਰਟ ਸੈਂਟਰ ਪਟਨਾ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਵਾਲਮੀਕਿ ਨਗਰ ਸਥਿਤ ਗੰਡਕ ਬੈਰਾਜ ਤੋਂ ਅੱਜ ਦੁਪਹਿਰ 12 ਵਜੇ 6 ਲੱਖ ਕਿਊਸਿਕ ਤੇ ਕੋਸੀ ਬੈਰਾਜ ਸਥਿਤ ਗੰਡਕ ਬੈਰਾਜ ਤੋਂ 6 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਨਾਲ ਹੀ ਵੀਰਪੁਰ ਦੇ ਵਿੱਚ ਵੀ 6.81 ਲੱਖ ਕਿਊਸਿਕ ਪਾਣੀ ਦੇ ਵਹਾਅ ਦੀ ਸੰਭਾਵਨਾ ਹੈ, ਜੋ ਹੁਣ ਤੱਕ ਦੇ ਵੱਧ ਤੋਂ ਵੱਧ ਪਾਣੀ ਦੇ ਵਹਾਅ ਦੇ ਨੇੜੇ ਹੋਵੇਗਾ। ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਤੇ ਹੈਪੀ ਰਾਏਕੋਟੀ ਤੇ ਉਹਨਾਂ ਦੇ ਸਾਥੀ ਸ੍ਰੀ ਦਰਬਾਰ ਸਾਹਿਬ ਗੁਰਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ। ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਉਹਨਾਂ ਕਿਹਾ ਕਿ ਅੱਜ ਬੜਾ ਪਵਿੱਤਰ ਦਿਹਾੜਾ, ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਉਹ ਸਦੀਵੀ ਵਿਛੋੜਾ ਦੇ ਕੇ ਜੋਤੀ ਜੋਤ ਸਮਾ ਗਏ ਸਨ ਤੇ ਅੱਜ ਉਸ ਦਿਹਾੜੇ ਦੇ ਉੱਤੇ ਉਹ ਗੁਰਘਰ ਵਿੱਚ ਨਤਮਸਤਕ ਹੋਏ ਨੇ ਤੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ। ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ, ਅਤੇ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਓਟ ਲੋੜਦੇ ਹਾਂ ਜੀ ਇਸ ਤਰ੍ਹਾਂ ਸਾਨੂੰ
ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ, ਅਸਲ 'ਚ ਰਹਿ ਵੀ ਕਾਹਦਾ ਸਕੀਏ, ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ, ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ। ਅਤੇ ਜਦੋਂ ਦਰਬਾਰ ਸਾਹਿਬ ਆਉਂਦੇ ਹਾਂ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ, ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਅਤੇ ਬੰਦਾ ਮੰਗਤੇ ਵਰਗਾ ਰਹੇ ਤਾਂ ਠੀਕ ਰਹਿੰਦਾ ਜੀ, ਔਕਾਤ ਤੁਹਾਨੂੰ ਯਾਦ ਰਹਿੰਦੀ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਐਥਲੀਟ ਦੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਨੇ, ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਅੰਬਾਲਾ ਤੋਂ ਰੋਜ਼ਾਨਾ 20 ਕਿਲੋਮੀਟਰ ਦੌੜਨ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਅਮਰਪ੍ਰੀਤ ਨੇ ਦੱਸਿਆ ਕਿ ਉਸਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਦਾਦਾ ਜਿਹਦੀ ਬਿਜਲੀ ਬੋਰਡ ਤੋਂ ਪੈਨਸ਼ਨ ਆਉਂਦੀ ਹੈ। ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਇਹ ਦੌੜ ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ, ਜਿਸ ਵਿੱਚ ਉਹ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦਾ ਅਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਦੌੜ ਖਤਮ ਕਰ ਰਿਹਾ ਅਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਉਸਨੇ ਦੱਸਿਆ ਕਿ ਉਹ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਨੇ ਅਤੇ ਜਨਤਾ ਨੂੰ ਦੱਸਣਾ ਚਾਹੁੰਦਾ ਹੈ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ। ਮੈਂ ਜੀ ਰਸਤੇ ਮੈਂ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ, ਫਿਰ ਸ਼੍ਰੀ ਕੋਤਵਾਲ ਸਾਹਿਬ ਮੱਥਾ ਟੇਕਿਆ, ਫਿਰ ਆਪਣਾ ਚਮਕੌਰ ਕੀ ਗੜੀ ਮੈਂ ਮੱਥਾ ਟੇਕਿਆ, ਫਿਰ ਸ਼੍ਰੀ ਭੱਠਾ ਸਾਹਿਬ ਮੱਥਾ ਟੇਕਿਆ, ਫਿਰ ਬਾਬਾ ਬਜਿੱਤਰ ਸਿੰਘ ਜੀ ਕੇ ਸਥਾਨ ਪਰ ਵੀ ਗਏ ਜਾਣ ਸਾਹਿਬ ਹਾਸੀ ਹੈ ਬਣਿਆ ਵਾ। ਉਸ ਤੋਂ ਬਾਅਦ ਮੱਥਾ ਟੇਕਣ ਆਏ ਹੋ, ਤੁਹਾਡੀ ਇੱਥੇ ਕੋਈ ਸ਼ਰਧਾ ਸੁੱਖਣਾ ਸੀ ਤੁਹਾਡੀ, ਕੋਈ ਸ਼ਰਧਾ? ਮੈਂ ਜੀ ਮੇਰਾ ਮੋਟਿਵ ਇਹ ਥਾ ਕਿ ਮੈਂ ਮੇਰੇ ਜਦ ਮਤਲਬ ਕਿ ਮੈਂ ਗੇਮ ਕਰੇ ਕਰੂੰ ਤਾਂ ਮਤਲਬ ਮੈਂ ਅਥਲੀਟ ਹੂੰ ਤੋ ਹਰ ਉੱਪਰ ਤੋਂ ਇੱਕ ਸਿੱਖ ਵੀ ਹੂੰ, ਤੋ ਸ਼ੁਰੂ ਤੋਂ ਮੇਰੇ ਮਨ ਮੈਂ ਉਹੀ ਥਾ ਕਿ ਮੈਂ ਕੁਛ ਆਪਣੇ ਧਰਮ ਜੋਗਾ ਕਰੂੰ, ਤੋ ਮੈਂ ਇਸ ਤਰੀਕੇ 'ਤੇ ਆਪਣੇ ਧਰਮ ਨੂੰ ਪ੍ਰਚਾਰ ਕਰ ਰਿਹਾ ਹੂੰ ਇੱਕ ਤਰੀਕੇ 'ਤੇ, ਇਹ ਸਮਝ ਲਓ ਕਿ ਇੱਕ ਸਿੱਖ ਆਪਣੇ ਗੁਰਦੁਆਰਾ ਸਾਹਿਬ ਮਾ ਜਾ ਰਿਹਾ ਹੈ, ਲੋਕਾਂ ਨੂੰ ਪਤਾ ਲੱਗਾਗਾ ਮਾਰੇ ਗੁਰਦੁਆਰੇ ਸਥਾਨਾਂ ਦੇ ਬਾਰੇ ਮੈਂ ਪਤਾ ਲੱਗਾਗਾ, ਮਾਰੇ ਇਤਿਹਾਸਿਕ ਸਥਾਨਾਂ ਦੇ ਬਾਰੇ ਮੈਂ ਪਤਾ ਲੱਗੇਗਾ, ਜੋ ਜੋ ਬੰਦੇ ਮੈਨੂੰ ਦੇਖਾਂਗੇ ਹੈ ਨਾ, ਤਾਂ ਉਹਨੂੰ ਪਤਾ ਲੱਗਾਗਾ ਇਸ ਚੀਜ਼ ਦੇ ਬਾਰੇ ਮੈਂ। ਤਾਂ ਇਹ ਮੇਰਾ ਤਰੀਕਾ ਤਾਂ ਇੱਕ ਤਰੀਕੇ 'ਤੇ ਆਪਣੀ ਸੇਵਾ ਕਰਨੇ ਗਾ, ਜਿਸ ਤਰ੍ਹਾਂ ਹੋਰ ਲੋਕ ਸੇਵਾ ਕਰ ਰਹੇ ਹੈ, ਧਰਮ ਦਾ ਪ੍ਰਚਾਰ ਕਰਕਾ ਕੋਈ ਪ੍ਰਚਾਰ ਕਰਕਾ ਕਰ ਰਿਹਾ, ਕੋਈ ਪੇਂਟਿੰਗ ਕਰਕਾ ਕਰ ਰਿਹਾ, ਕੋਈ ਰਾਗ ਲਗਾ ਕੇ ਕਰ ਰਿਹਾ ਹੈ ਨਾ, ਰਾਗੀ ਸਿੰਘ ਰਾਗ ਕਰਾ ਪ੍ਰਚਾਰਕ ਇੱਕ ਪ੍ਰਚਾਰ ਕਰਾ, ਇਸ ਤਰ੍ਹਾਂ ਹੀ ਮੈਂ ਇੱਕ ਐਥਲੀਟ ਨੂੰ ਰਨਿੰਗ ਕਰੂੰ ਹਾਂ, ਤਾਂ ਮੈਨੇ ਆਪਣੇ ਰਨਿੰਗ ਦਾ ਜੋ ਸਾ ਗੁਣ ਤਾਂ ਉਸਨੂੰ ਯੂਜ ਕਰਿਆ, ਹਰ ਆਪਣੇ ਧਰਮ ਜੋਗਾ ਕੁਛ ਕੰਮ ਕਰਿਆ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਾਹਬਾਦ ਹਲਕੇ ਤੋਂ ਮਿਸ਼ਨ ਏਕਤਾ ਪਾਰਟੀ ਦੀ ਉਮੀਦਵਾਰ ਕਾਂਤਾ ਦੇਵੀ ਨੇ ਚੋਣ ਕਮਿਸ਼ਨ ਦੇ ਕੋਲ ਹਲਫਨਾਮਾ ਦਾਇਰ ਕੀਤਾ, ਜਿਸ ਵਿੱਚ ਉਹਨਾਂ ਆਪਣੇ ਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਮਾਮਲਿਆਂ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਰਾਮਾ ਮੰਡੀ ਚ ਅੱਜ ਨਿਗਮ ਦੀ ਟੀਮ ਨੇ ਬਸੰਤ ਵਿਹਾਰ ਚ ਸਬਵੇ ਦੇ ਸਾਹਮਣੇ ਚੌਹਕ ਕਲਾਂ ਚ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਵਪਾਰਕ ਕੰਪਲੈਕਸ ਨੂੰ ਮਸ਼ੀਨ ਚਲਾ ਕੇ ਢਾ ਦਿੱਤਾ। ਦੱਸਦੇ ਕਿ ਕਰੀਬ 100 ਮਰਲੇ ਦੇ ਵਿੱਚ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। ਵਪਾਰਕ ਕੰਪਲੈਕਸ ਦੀ ਉਸਾਰੀ ਕਰਨ ਵਾਲੇ ਮਾਲਕਾਂ ਕੋਲ ਨਾ ਤਾਂ CLU ਸੀ ਤੇ ਨਾ ਹੀ ਉਹਨਾਂ ਨੇ ਨਿਗਮ ਤੋਂ ਨਕਸ਼ਾ ਪਾਸ ਕਰਵਾਇਆ ਸੀ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।